कौन ने लोग साढ़े समाज के लोगों असं गल कर रहे हैं, ये कौन ने लोग जेडे सिद्धू की रिहाई के उत्ते ढोल बजा रहे हैं। ढोल धमाके फुलों की माला पा के फुलों की वर्खा करके ते की बीतूगी उन्होंने दिल से जिन्हों का एक इंसान मरिया सी, किसी मां का पुत सी ते किसी भैन का भाई सी। की ये ढोल धमाके उहदी मौत दे बजाए जा रहे ने, किस दे हक च ने लोक, मरन वाले दे जां मारन वाले दे। सत श्री अकाल दोस्तों, मैं मोहन मकबूल, तुसी देख रहे हो शब्दों की ताकत दैवन मीडिया। अज गलबात करते हैं ओ लोकां दी जिहड़े लोग किसी ना किसी वजह करके जेल च जाते हैं। इस तरह कोई 420 जेल च जाता है, कोई कतल करके भी जाता है, कोई किसी नूं मार के जाता है, कोई जाता है अपनी कौम लई कुरबानी करके, अपने देश लई कुरबानी करके, अपने धर्म के लोगों लई कुरबानी करके, भावें कोई सिख धर्म होवे, भावें हिंदू धर्म होवे, ईसाई होवे, भावें मुसलमान, जदों अपनी कौम लई अपने धर्म लई कोई कुरबानी करके अंदर जाता है, जदों वापस आता है भावें सज़ा कट के आता चाहे आता जमानत पर, उस धर्म के लोग ने जिहड़े उहदा स्वागत करते। क्यों स्वागत करते हैं? क्योंकि उन्हां दीआं हक्की मंगां लई अंदर गया, जां कोई अपने धर्म लई कुरबानी करके अंदर गया। ते अज असीं गलबात कर रहे हां नवजोत सिंह सिद्धू दी, उह क्यों अंदर गए सी असीं सारे लोग जाणदे हां, पर इस गल दे विच असीं सिद्धू साहब नूं की कहीए, साडा समाज किधर जा रिहा है, ਇਹ ਲੋਕ ਕੌਣ ਨੇ, ਕਿਹੜਾ ਸਮਾਜ ਆ ਜਿਹੜਾ ਉਹਨਾਂ ਦੇ ਬਾਹਰ ਆਉਣ ਤੇ ਢੋਲ ਧਮੱਕਿਆਂ ਨਾਲ ਗਲ 'ਚ ਹਾਰ ਪਾ ਕੇ ਉੱਚੀ ਉੱਚੀ ਨਾਅਰੇ ਲਾ ਕੇ ਇਹਨਾਂ ਦਾ ਸਵਾਗਤ ਕਰ ਰਿਹਾ। ਤੇ ਪਹਿਲਾਂ ਵੀ ਦੇਖਿਆ ਭਾਰਤ ਭੂਸ਼ਣ ਆਸ਼ੂ ਵਰਗੇ, ਧਰਮ ਸੋਤ ਵਰਗੇ ਲੋਕ ਜਿਹੜੇ ਮੰਤਰੀ ਬਣੇ, ਜਿਹੜੇ ਲੋਕਾਂ ਨੂੰ ਅਸੀਂ ਚੁਣਿਆ ਵੀ ਸਾਡਾ ਕੁਛ ਨਾ ਕੁਛ ਸਵਾਰਨਗੇ, ਉਹਨਾਂ ਨੇ ਕਿਸੇ ਦਾ ਕੁਛ ਨਹੀਂ ਸਵਾਰਿਆ, ਸਿਰਫ ਆਪਣੇ ਪਰਿਵਾਰ ਦਾ ਤੇ ਆਪਣਾ ਸਵਾਰਿਆ। ਕੋਈ 420 ਚ ਅੰਦਰ ਗਿਆ, ਕੋਈ ਕਰਪਸ਼ਨ ਚ ਅੰਦਰ ਗਿਆ, ਜਦੋਂ ਬਾਹਰ ਆਏ ਤਾਂ ਉਦੋਂ ਵੀ ਢੋਲ ਨਗਾਰੇ ਵੱਜੇ, ਹਾਰ ਪਾਏ ਗਏ, ਨਾਰੇ ਲਾਏ ਗਏ। ਕੀ ਕਰਕੇ ਆਏ ਨੇ ਲੋਕ, ਕੀ ਕੀਤਾ ਲੋਕਾਂ ਨੇ? ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਦੇਖ ਲਓ ਇਹੀ ਹਾਲ ਹੋ ਰਿਹਾ, ਹਾਰ ਪਾਏ ਜਾ ਰਹੇ ਨੇ, ਢੋਲ ਵਜਾਏ ਜਾ ਰਹੇ ਨੇ ਤੇ ਨਾਰੇ ਲਾਏ ਜਾ ਰਹੇ ਨੇ। ਜੇ ਗੱਲ ਕੀਤੀ ਜਾਵੇ ਅੱਜ ਉਸ ਪਰਿਵਾਰ ਦੀ, ਜਿਸ ਪਰਿਵਾਰ ਦਾ ਉਹ ਜੀ ਮਰਿਆ, ਜਾਂ ਕਿਸੇ ਦਾ ਪੁੱਤਰ ਸੀ, ਕਿਸੇ ਦਾ ਭਾਈ ਸੀ ਜਿਹੜਾ ਮਰਿਆ ਸੀ, ਅੱਜ ਉਸ ਪਰਿਵਾਰ ਦੇ ਲੋਕ ਕੀ ਸੋਚਦੇ ਹੋਣਗੇ ਤੁਹਾਡੇ ਬਾਰੇ? ਰੱਬ ਨਾ ਕਰੇ ਜਿਹੜੇ ਅਸੀਂ ਲੋਕ ਉੱਥੇ ਖੜੇ ਹਾਂ ਉਹਨਾਂ ਦਾ ਕੋਈ ਜੀ ਮਰਿਆ ਹੋਵੇ ਤੇ ਉਹਨੂੰ ਮਾਰਨ ਵਾਲੇ ਲਈ ਇਸੇ ਤਰ੍ਹਾਂ ਢੋਲ ਨਗਾਰੇ ਵੱਜਦੇ ਹੋਣ ਤਾਂ ਸਾਡੇ ਦਿਲ 'ਤੇ ਕੀ ਬੀਤੂਗੀ? ਅੱਜ ਉਸ ਪਰਿਵਾਰ ਦੀ ਸੋਚਣੀ ਕੀ ਸੋਚਦੀ ਹੋਊਗੀ ਵੀ ਕਿੱਦਾਂ ਦਾ ਸਮਾਜ ਆ ਸਾਡਾ ਜਿਹੜਾ ਮਾਰਨ ਵਾਲੇ 'ਤੇ ਹਾਰ ਪਾਉਂਦਾ, ਮਾਰਨ ਵਾਲੇ ਲਈ ਢੋਲ ਵਜਾਉਂਦਾ ਹੈ? ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਇਹ ਸਮਾਜ ਦਾ ਕੁਝ ਹਿੱਸਾ ਹੈ, ਇਹ ਲੋਕ ਨੇ ਜਿਹੜੇ ਖੜੇ ਨੇ ਇਹ ਸਾਡੇ ਬਹੁਤ ਵੱਡੇ ਸਮਾਜ ਦਾ ਥੋੜ੍ਹਾ ਹਿੱਸਾ ਨੇ। ਕੀ ਦੇਣ ਕਰਕੇ ਗਏ ਨੇ ਸਿੱਧੂ ਸਾਹਿਬ ਵੀ ਤੁਸੀਂ ਇਹ ਕੁਛ ਕਰ ਰਹੇ ਹੋ? ਸਾਡਾ ਜਿਹੜਾ ਬਾਹਲਾ ਸਮਾਜ ਹੈ, ਵੱਡਾ ਸਮਾਜ ਹੈ, ਪੂਰਾ ਸਮਾਜ ਹੈ, ਉਹਨਾਂ ਦੀ ਸੋਚ ਇਹ ਨਹੀਂ ਹੈਗੀ ਵੀ ਮਰਨ ਵਾਲੇ ਅਤੇ ਮਾਰਨ ਵਾਲੇ 'ਚ ਫਰਕ ਨਾ ਸਮਝਦੇ ਹੋਣ। ਹਰ ਬੰਦਾ ਦੁੱਖ 'ਚ ਉਹਦੇ ਸ਼ਾਮਿਲ ਹੁੰਦਾ ਜਿਹਦਾ ਕੋਈ ਮਰਿਆ ਹੁੰਦਾ। ਮਾਰਨ ਵਾਲੇ ਦੇ ਰਿਹਾਈ ਦੇ ਉੱਤੇ ਕੋਈ ਭੰਗੜੇ ਨਹੀਂ ਪਾਉਂਦਾ ਦੇਖਿਆ। ਦੋਸਤੋ, ਫਿਰ ਜਸ਼ਨ ਦਾ ਮਾਹੌਲ ਕਿਉਂ? ਹੁਣ ਫੈਸਲਾ ਸਾਡੇ ਸਮਾਜ ਨੇ ਕਰਨਾ, ਸਾਡੇ ਲੋਕਾਂ ਨੇ ਕਰਨਾ ਕਿ ਕਿਸ ਦਿਸ਼ਾ ਵੱਲ ਆਪਾਂ ਜਾ ਰਹੇ ਹਾਂ। ਜੇ ਇਸੇ ਤਰ੍ਹਾਂ ਮਾਰਨ ਵਾਲੇ ਲੋਕਾਂ ਦੀ ਜਦੋਂ ਰਿਹਾਈ ਹੋਊਗੀ, ਜਦੋਂ ਬਾਹਰ ਆਊਗੇ, ਇੱਦਾਂ ਢੋਲ ਧਮੱਕੇ ਵੱਜਣਗੇ ਤਾਂ ਇਹ ਦਿਸ਼ਾ ਜ਼ਰੂਰ ਬਦਲ ਜਾਏਗੀ, ਲੋਕਾਂ ਦੀ ਸੋਚਣੀ ਬਦਲ ਜਾਣੀ ਹੈ। ਕਿਉਂਕਿ ਇੱਕ ਹੁੰਦਾ ਸ਼ੱਕ ਦੇ ਆਧਾਰ 'ਤੇ, ਇੱਕ ਹੁੰਦਾ ਹਲੇ ਫੈਸਲਾ ਡਿਸੀਜ਼ਨ ਨਹੀਂ ਹੋਇਆ, ਸਾਰਾ ਕੁਛ ਫੈਸਲਾ ਹੋਇਆ, ਡਿਸੀਜ਼ਨ ਹੋਇਆ, ਕੋਰਟ ਨੇ ਮੁਜਰਮ ਕਰਾਰ ਦਿੱਤਾ, ਮੁਜਰਮ ਕਰਾਰ ਦੇਣ ਤੋਂ ਬਾਅਦ ਸਜ਼ਾ ਪੂਰੀ ਕੀਤੀ ਹੈ, ਸਜ਼ਾ ਭੁਗਤ ਕੇ ਆਏ ਨੇ। ਹੁਣ ਸੋਚਣਾ ਤੁਸੀਂ ਆਪ ਹੈ ਵੀ ਇਹਨਾਂ ਨੇ ਹੋ ਸਕਦਾ ਆਪਣੀ ਪਾਰਟੀ ਲਈ ਬਹੁਤ ਕੁਛ ਕੀਤਾ ਹੋਵੇ, ਹੋ ਸਕਦਾ ਕੋਈ ਪਾਰਟੀ ਦਾ ਪਤਨ ਦਾ ਕਾਰਨ ਵੀ ਬਣੇ ਹੋਣ, ਪਰ ਅੱਜ ਇਹ ਕੀ ਕਰਕੇ ਆ ਰਹੇ ਨੇ ਇਹ ਹੁਣ ਸੋਚਣਾ ਸਾਡੀ ਜਨਤਾ ਨੇ, ਸਾਡੇ ਸਮਾਜ ਨੇ।